ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਸਟੂਡੈਂਟਸ ਮੇਰੇ ਚੈਨਲ ਅੰਦਰ ਐਜੂਕੇਸ਼ਨ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਸਟੂਡੈਂਟਸ ਇਸ ਤਰ੍ਹਾਂ ਕੀ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਡੇ ਲਈ ਪੰਜਾਬ ਟੈਟ ਦੀ ਪ੍ਰੈਪਰੇਸ਼ਨ ਲਈ ਵੀਡੀਓਜ਼ ਲੈ ਕੇ ਰਾਨੀ ਆ ਜਿਹੜੇ ਕਿ ਸਾਡੇ ਥਿਉਰੀ ਲੈਕਚਰਸ ਰਹਿੰਦੇ ਨੇ ਥਿਉਰੀ ਲੈਕਚਰਸ ਦੇ ਵਿੱਚ ਤੁਹਾਨੂੰ ਪਤਾ ਅਸੀਂ ਪੰਜਾਬ ਹਿਸਟਰੀ ਸਟਾਰਟ ਕੀਤੀ ਹੋਈ ਹੈ ਜਦੇ ਵਿੱਚ ਸਾਡਾ ਟੌਪਿਕ ਚੱਲ ਰਿਹਾ ਪੰਜਾਬ ਦੀਆਂ ਡਿਵੀਜ਼ਨਸ ਜਿਹੜੀਆਂ 5 ਡਿਵੀਜ਼ਨਸ ਨੇ ਉਹਦਾ ਟੌਪਿਕ ਸਾਡਾ ਚੱਲ ਰਿਹਾ ਕੱਲ ਅਸੀਂ ਫਰੀਦਕੋਟ ਵਿਜ਼ਮ ਬਾਰੇ ਸਾਰਾ ਡਿਟੇਲ ਦੇ ਵਿੱਚ ਕੀਤਾ ਸੀ ਅੱਜ ਸਾਡਾ ਰਹੇਗਾ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਆਉਂਦੇ ਨੇ ਉਹਨਾਂ ਬਾਰੇ ਅਸੀਂ ਡਿਟੇਲ ਚ ਕਰਾਂਗੇ ਉਹਨਾਂ ਵਿੱਚ ਕੀ ਕੀ ਦੇਖਣ ਵਾਲੀਆਂ ਚੀਜ਼ਾਂ ਨੇ ਕਿਹੜੇ ਕਿਹੜੇ ਫੇਮਸ ਪਲੇਸਿਸ ਨੇ ਜਾਂ ਉਹ ਕਦੋਂ ਬਣਿਆ ਇਹ ਸਾਰੀ ਚੀਜ਼ ਜਿੰਨੇ ਵੀ ਇੰਪੋਰਟੈਂਟ ਟੌਪਿਕਸ ਹੋਣ ਰਹਿਣਗੇ ਉਹ ਸਾਡਾ ਇਹ ਸਾਰਾ ਦੇਖਾਂਗੇ ਠੀਕ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਦਿਨਾ ਇਹ ਹੋਏਗਾ ਕਿ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਦੀ ਡੇ ਟੂ ਡੇ ਨੋਟੀਫਿਕੇਸ਼ਨ इजीली ਮਿਲਦੀ ਰਹੇਗੀ ਠੀਕ ਹੈ ਤੇ ਸਟੂਡੈਂਟਸ ਕੀ ਰਹਿੰਦੀ ਹੈ ਅੱਜ ਦਾ ਸਾਡਾ ਟੋਪਿਕ ਫਿਰੋਜ਼ਪੁਰ ਡਿਵੀਜ਼ਨ ਬਾਰੇ ਰਹਿੰਦਾ ਫਿਰੋਜ਼ਪੁਰ ਡਿਵੀਜ਼ਨ ਕਦੋਂ ਹੋਂਦ ਵਿੱਚ ਆਇਆ ਇਹ 1833 ਦੇ ਵਿੱਚ ਹੋਂਦ ਵਿੱਚ ਆਇਆ ਯਾਨੀ ਕਿ 1833 ਦੇ ਵਿੱਚ ਬਣਿਆ ਇਹ ਭਾਗ ਇਹਦਾ ਇਹ ਫਿਰੋਜ਼ਪੁਰ ਡਿਵੀਜ਼ਨ ਦਾ ਭਾਗ ਹੈ ਗਵਾਂਡੀ ਜ਼ਿਲ੍ਹੇ ਕਿਹੜੇ-ਕਿਹੜੇ ਨੇ ਫਜ਼ਿਲਕਾ ਮੁਕਤਸਰਾ ਫਰੀਦਕੋਟ ਮੋਗਾ ਕਪੂਰਥਲਾ ਤੇ ਤਰਨਤਾਰਨ ਤਹਿਸੀਲਾਂ ਕਿਹੜੀਆਂ-ਕਿਹੜੀਆਂ ਨੇ ਇਹਦੇ ਨਾਲ ਲੱਗਦੀਆਂ ਜੀਰਾ ਫਿਰੋਜ਼ਪੁਰ ਤੇ ਗੁਰੂ ਹਰ ਸਾਹਿਬ ਤਹਿਸੀਲ ਜਿਹੜੀ ਕਿ ਨਵੀਂ ਬਣੀ ਐ ਇਹ ਸਾਰੀਆਂ ਇਹਦੇ ਨਾਲ ਲੱਗ ਯਾਨੀ ਕਿ ਇਹਦੀ ਇਸ ਜ਼ਿਲ੍ਹੇ ਦੀਆਂ ਤਹਿਸੀਲਾਂ ਨੇ ਉਸ ਤੋਂ ਬਾਅਦ ਐ ਬਾਨੀ ਇਹ ਫਿਰੋਸ਼ਾ ਤੁਗਲਕ ਨੇ ਇਹ ਫਿਰੋਸ਼ਾ ਤੁਗਲਕ ਦੇ ਨਾਂ ਤੋਂ ਹੀ ਇਸ ਜ਼ਿਲ੍ਹੇ ਦਾ ਨਾਂ ਰੱਖਿਆ ਗਿਆ ਫਿਰੋਜ਼ਪੁਰ ਜਾਣਿਆ ਕੀ ਜਾਂਦਾ ਇਹਨੂੰ ਸ਼ਹੀਦਾ ਦੀ ਧਰਤੀ ਜਾਂਿਆ ਜਾਂਦਾ ਸਮ ਟਾਈਮ ਇਹਨਾਂ ਦੇ ਐਗਜ਼ਾਮ ਦੇ ਵਿੱਚ ਸਟੂਡੈਂਟਸ ਕਿ ਕਿਹੜੇ ਜ਼ਿਲ੍ਹੇ ਨੂੰ ਕਿਸੇ ਚੀਜ਼ ਨਾ ਜਾਣਿਆ ਜਾਂਦਾ ਉਹਦੇ ਬਾਰੇ ਇੰਪੋਰਟੈਂਟ ਟੌਪਿਕ ਰਹਿੰਦੇ ਨੇ ਉਹਨਾਂ ਨੂੰ ਧਿਆਨ ਨਾਲ ਦੇਖਿਆ ਕਰੋ ਜਿਸ ਤਰ੍ਹਾਂ ਕਿ ਇਹਨੂੰ ਕੀ ਜਾਨਾ ਜਾਂਦਾ ਨੂੰ ਸ਼ਹੀਦਾਂ ਦੀ ਧਰਤੀ ਕਈ ਵਾਰ ਇਗਜ਼ਾਮ 'ਚ ਕੁਐਸਚਨ ਆਉਣ ਦੇ ਚਾਂਸਸ ਹੋ ਸਕਦੇ ਨੇ ਕਿ ਸ਼ਹੀਦਾਂ ਦੀ ਧਰਤੀ ਕਿਹੜੇ ਜ਼ਿਲ੍ਹੇ ਨੂੰ ਕਿਹਾ ਜਾਂਦਾ ਤੇ ਉਹ ਫਿਰੋਜ਼ਪੁਰ ਜ਼ਿਲ੍ਹੇ ਨੂੰ ਕਿਹਾ ਜਾਂਦਾ ਇਸ ਤੋਂ ਲਾ ਮੈਂ ਇੱਥੇ ਦੇਖਣੀ ਉਹ ਕੀ ਕੀ ਨੇ ਦੇਖਣੀ ਉਹ ਕਿੱਥੇ ਹੈਗਾ ਫਿਰੋਜ਼शाह ਵਿਖੇ ਐਂਗਲੋ ਸਿੱਖ ਵਾਰ ਮੈਮੋਰੀਅਲ ਹੈ ਸਾਰਾ ਗੜੀ ਗੁਰਦੁਆਰਾ ਬਾਰਕੀ ਯਾਦਗਾਰਾ ਕੌਮੀ ਸ਼ਹੀਦੀ ਯਾਦਗਾਰਾ ਤੇ ਹੁਸੈਨੀ ਵਾਲਾ ਕਈ ਵਾਰ ਇਹ ਜਿਹੜੇ ਇਹਦੇ ਫੇਮਸ ਪਲੇਸਿਸ ਨੇ ਇਹਨਾਂ ਨਾਲ ਰਿਲੇਟਡ ਕੁਐਸਚਨਸ ਵੀ ਆਉਂਦੇ ਨੇ ਕੀ ਪਲੇਸਿਸ ਕਿੱਥੋਂ ਦੇ ਨੇ ਜਾਂ ਕਿਹੜੇ ਜ਼ਿਲ੍ਹੇ ਨਾਲ ਸੰਬੰਧ ਦੇ ਨੇ ਠੀਕ ਹੈ ਅਗਲੀ ਸਾਡੀ ਕੀ ਰਹਿੰਦੀ ਹੈ ਫਿਰੋਜ਼ਪੁਰ ਡਿਵੀਜ਼ਨ ਦੇ ਦੂਸਰਾ ਜ਼ਿਲ੍ਹਾ ਰਹਿੰਦਾ ਫਜ਼ਿਲਕਾ ਫਜ਼ਿਲਕਾ ਕਦੋਂ ਬਣਿਆ 27 ਜੁਲਾਈ 2011 ਨੂੰ ਬਣਾ ਬਣਿਆ ਇਹ 22ਵਾਂ ਨਵਾਂ ਜ਼ਿਲ੍ਹਾ ਹੈ 22ਵਾਂ ਨਵਾਂ ਜ਼ਿਲ੍ਹਾ ਹੈ ਇਹ ਕਿਦਾਂ ਭਾਗ ਹੈ ਫਿਰੋਜ਼ਪੁਰ ਡਿਵੀਜ਼ਨ ਦਾ ਭਾਗ ਹੈ ਇੱਕ ਪਾਰਟ ਹੈ ਗਵੰਡੀ ਜ਼ਿਲ੍ਹੇ ਦੇ ਨਾਲ ਲੱਗਦੇ ਜ਼ਿਲ੍ਹੇ ਕਿਹੜੇ ਨੇ ਮੁਕਤਸਰ ਹੈ ਤੇ ਫਿਰੋਜ਼ਪੁਰ ਹੈ ਤਹਿਸੀਲਾਂ ਇੱਥੇ ਕਿਹੜੀਆਂ ਨੇ ਜਲਾਲਾਬਾਦ ਫਜ਼ਿਲਕਾ ਤੇ ਅਬੋਹਰ ਇਹਦੀਆਂ ਹੀ ਫਜ਼ਿਲਕਾ ਜ਼ਿਲ੍ਹਾ ਦੀਆਂ ਤਹਿਸੀਲਾਂ ਨੇ ਠੀਕ ਹੈ ਇਹ ਸਥਾਪਿਤ ਕਿੰਨੇ ਕੀਤਾ ਵੈਂਸ ਐਗਨੀਓ ਨੇ ਸਥਾਪਿਤ ਕੀਤਾ ਕਈ ਵਾਰ ਜ਼ਿਲ੍ਹਿਆਂ ਦੇ ਸਥਾਪਿਤ ਕਿੰਨਾ ਨੇ ਕੀਤਾ ਉਹਨਾਂ ਬਾਰੇ ਵੀ ਕਈ ਕੁਐਸਚਨਸ ਆਉਂਦੇ ਨੇ ਤੇ ਉਹਨਾਂ ਨੂੰ ਵੀ ਧਿਆਨ ਚ ਰੱਖਣਾ ਕਿ ਇਸ ਫਾਜ਼ਿਲਕਾ ਜ਼ਿਲ੍ਹਾ ਕਿੰਨੇ ਸਥਾਪਨ ਕੀਤਾ ਸਥਾਪਿਤ ਕੀਤਾ ਵੈਂਸ ਐਗਨੀਓ ਨੇ ਕੀਤਾ ਹੁਣ ਫਾਜ਼ਿਲਕਾ ਨਾਮ ਦਾ ਸਰੋਤ ਏਕੇ ਦੇ ਨਾਮ ਤੋਂ ਰੱਖਿਆ ਗਿਆ ਮੀਆਂ ਫਾਜ਼ਿਲ ਵੱਟੂ ਦੇ ਨਾਮ ਤੋਂ ਇਹ ਰੱਖਿਆ ਗਿਆ ਠੀਕ ਹੈ ਸਟੂਡੈਂਟਸ ਅਗਰ ਤੁਹਾਨੂੰ ਵੀਡੀਓ ਮੇਰੀ ਅੱਛੀ ਲੱਗ ਰਹੀ ਹੈ ਤੇ ਪਲੀਜ਼ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਔਰ ਸ਼ੇਅਰ ਜਰੂਰ ਕਰੀ ਜਿਆਦਾ ਜਿਆਦਾ ਸਟੂਡੈਂਟਸ ਨੂੰ ਸ਼ੇਅਰ ਕਰੋ ਕਿ ਤੁਹਾਨੂੰ ਪਤਾ ਕਿ ਮੇਰਾ ਜਿਆਦਾ ਜਿਆਦਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਤੁਹਾਡੇ ਕੋਲੋਂ ਫ੍ਰੀ ਔਰ ਕੋਸਟ ਕੰਟੈਂਟ ਲੈ ਕੇ ਆਵਾਂ ਕਿ ਤਾਂਕੀ ਉਹਨਾਂ ਸਟੂਡੈਂਟਸ ਨੂੰ ਵੀ ਇਹਨਾਂ ਵੀਡੀਓਜ਼ ਦਾ ਫਾਇਦਾ ਹੋ ਸਕੇ ਜਿਹੜੇ ਕੁਝ ਨਾ ਬੁੱਕਸ ਪਰਚੇਸ ਕਰ ਸਕਦੇ ਨੇ ਨਾ ਹੀ ਕੋਚਿੰਗ ਲੈ ਸਕਦੇ ਨੇ ਬਟ ਉਹਨਾਂ ਚ ਇੰਨੀ ਕਾਬਿਲियत ਹੈ ਕਿ ਉਹ ਇੱਕ ਚੰਗੀ ਨੌਕਰੀ ਤੇ ਜ਼ਰੂਰ ਲੱਗ ਸਕਦੇ ਨੇ ਇਹ ਸਿਰਫ ਮੇਰੀ ਵੀਡੀਓਜ਼ ਜਿਆਦਾ ਤੋਂ ਜਿਆਦਾ ਉਹਨਾਂ ਬੋਚਿਆ ਵਾਸਤੇ ਆ ਜਿਹੜੇ ਕਿ ਅਫੋਰਡ ਨਹੀਂ ਕਰਦੇ ਕੀ ਅਸੀਂ ਮਤਲਬ ਕੀ ਮਹਿੰਗੀ ਤੋਂ ਮਹਿੰਗੀ ਕੋਚਿੰਗ ਲੈ ਕੇ ਨੌਕਰੀ ਲੈ ਸਕੀਏ ਜਾਂ ਅਸੀਂ ਕਿਤਾਬਾਂ ਖਰੀਦ ਕੇ ਨੌਕਰੀ ਲੈ ਸਕੀਏ ਜਾਂ ਪੜ੍ਹ ਕੇ ਜਾਂ ਇਸ ਤਰ੍ਹਾਂ ਉਹਨਾਂ ਵਸਤੇ ਜਾਂ ਫਿਰ ਕੁਝ ਐਸੇ ਸਟੂਡੈਂਟਸ ਹੁੰਦੇ ਆ ਜਿਨ੍ਹਾਂ ਕੋਲ ਚੀਜ਼ ਹਰ ਇੱਕ ਚੀਜ਼ ਹੁੰਦੀ ਬਟ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਕਿ ਉਹ ਥਿਊਰੀ ਪੜ੍ਹ ਪਾ ਇਹ ਉਹਨਾਂ ਵਸਤੇ ਵੀ ਇਹ ਕਿ ਉਹਨਾਂ ਨੂੰ ਟਾਈਮ ਸ਼ਾਰਟੇਸਟ ਟਾਈਮ ਦੇ ਵਿੱਚ ਹੀ ਉਹ ਮੇਰੀ ਵੀਡੀਓਜ਼ ਦੇਖ ਕੇ ਜਿਆਦਾ ਤੋਂ ਜਿਆਦਾ ਕੰਟੈਂਟ ਇਕੱਠਾ ਕਰ ਸਕਣ ਠੀਕ ਹੈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸ਼ੇਅਰ ਜ਼ਰੂਰ ਇਸ ਤੋਂ ਬਾਅਦ ਸਟੂਡੈਂਟ ਆ ਜਾਂਦਾ ਵਾ ਫਿਰੋਜ਼ਪੁਰ ਡਿਵੀਜ਼ਨ ਦਾ ਅਗਲਾ ਜ਼ਿਲ੍ਹਾ ਮੁਕਤਸਰ ਸਾਹਿਬ ਦਾ ਮੁਕਤਸਰ ਸਾਹਿਬ ਇੱਕ ਕਦੋਂ ਬਣਿਆ 1995 ਦੇ ਬੰਨੇ ਵਿੱਚ ਬਣਿਆ ਇਹ ਕਿਹੜੀ ਡਿਵੀਜ਼ਨ ਦਾ ਪਾਰਟ ਹੈ ਇਹ ਫਿਰੋਜ਼ਪੁਰ ਡਿਵੀਜ਼ਨ ਦਾ ਪਾਰਟ ਹੈ ਇਹਦੇ ਗਵਾਂਢੀ ਜ਼ਿਲ੍ਹੇ ਕਿਹੜੇ ਨੇ ਫਜ਼ਿਲਕਾ ਪਠੰਡਾ ਫਰੀਦਕੋਟ ਤੇ ਫਿਰੋਜ਼ਪੁਰ ਨੇ ਤਹਿਸੀਲਾਂ ਕਿਹੜੀਆਂ ਨੇ ਇਹਦੀਆਂ ਸ਼੍ਰੀ ਮੁਕਤਸਰ ਸਾਹਿਬ ਮਲੋਟ ਤੇ ਗਿੱਦੜਬਾਹ ਇਸ ਤੋਂ ਇਲਾਵਾ ਮੁਕਤਸਰ ਦਾ ਪੁਰਾਣਾ ਨਾਂ ਕੀ ਹੈ ਖਦਰਾਨੇ ਦੀ ਡਾ ਉਹਨੂੰ ਕਿਹਾ ਜਾਂਦਾ ਹੈ ਮੁਕਤਸਰ ਕਿਸ ਨਾਮ ਤੋਂ ਬਣਿਆ ਇਹ ਚਾਲੀ ਮੁਕਤੇ ਜਿਹੜੇ ਹੋਏ ਸਨ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦੇ ਨਾਮ ਤੋਂ ਇਹ ਮੁਕਤਸਰ ਜ਼ਿਲ੍ਹਾ ਬਣਿਆ ਦੇਖਣਯੋਗ ਸਥਾਨ ਦੇਖਣਯੋਗ ਕਿਹੜੇ-ਕਿਹੜੇ ਸਥਾਨ ਨੇ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਗੁਰਦੁਆਰਾ ਰਕਾਬ ਸਰ ਵਾਲੀ ਮਸਜਿਦ ਗੁਰਦੁਆਰਾ ਗੁਪਤ ਸਰ ਸਾਹਿਬ ਸਰਾਈ ਨਾਗਾ ਤੇ ਮੁਕਤਾ ਮিনার ਠੀਕ ਹੈ ਇਸ ਤੋਂ ਇਲਾਵਾ ਸਟੂਡੈਂਟਸ ਇੱਥੇ ਮੇਲੇ ਕਿਹੜੇ-ਕਿਹੜੇ ਲੱਗਦੇ ਨੇ ਇੱਥੇ ਮਾਗੀ ਦਾ ਮੇਲਾ ਜਨਵਰੀ ਮਹੀਨੇ ਚ ਲੱਗਦਾ ਕੋੜਿਆਂ ਦਾ ਮੇਲਾ ਲੱਗਦਾ ओके ਇਸ ਤੋਂ ਇਲਾਵਾ ਇੱਥੇ ਦਰਜਾ ਬੰਦੀ ਯਾਨੀ ਕਿ ਨ्यूनतम ਵੱਲੋਂ 200 ਘੰਟਾ ਇੱਥੇ ਸਭ ਤੋਂ ਘੱਟ ਪਪੂਲੇਸ਼ਨ ਕਿੱਥੇ ਹੈ ਮੁਕਤਸ਼ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਓਕੇ ਅਗਲਾ ਰੇਂਦਾ ਹੈ ਫਿਰੋਜ਼ਪੁਰ ਡਿਵੀਜ਼ਨ ਦਾ ਜ਼ਿਲ੍ਹਾ ਮੋਗਾ ਮੋਗਾ ਕਦੋਂ ਬਣਿਆ 1995 ਦੇ ਵਿੱਚ ਬਣਿਆ ਇਹ ਫਿਰੋਜ਼ਪੁਰ ਡਿਵੀਜ਼ਨ ਦਾ ਇੱਕ ਪਾਰਟ ਹੈ ਗੁਵਾਂਡੀ ਜ਼ਿਲ੍ਹੇ ਦੇ ਕਿਹੜੇ ਨੇ ਫਿਰੋਜ਼ਪੁਰ ਫਰੀਦਕੋੜ ਬਠਿੰਡਾ ਬਰਨਾਲਾ ਲੁਧਿਆਣਾ ਤੇ ਜਲੰਧਰ ਇਹਦੇ ਗੁਵਾਂਡੀ ਜ਼ਿਲ੍ਹੇ ਨੇ ਇੱਥੋਂ ਦੀਆਂ ਤਹਿਸੀਲਾਂ ਕਿਹੜੀਆਂ-ਕਿਹੜੀਆਂ ਨੇ ਇਹਦੀਆਂ निहाल सिंह वाला बागापुराना मोगा धर्मकोट 2011 ਦੇ ਵਿੱਚ ਇੱਕ ਇਹ ਨਵੀਂ ਬਣੀ ਤਸੀਲਾ ਧਰਮकोट ਠੀਕ ਹੈ ਸੰਸਥਾਪਕ ਇੱਥੇ ਕੌਣ ਸੀ ਇਹਦੇ ਸੰਸਥਾਪਕ ਕੌਣ ਸੀ 모ਗਾ ਸਿੰਘ ਗਿੱਲ ਇਹਨਾਂ ਦੇ ਨਾਮ ਤੋਂ ਹੀ ਇਹ 모ਗਾ ਜ਼ਿਲ੍ਹੇ ਦਾ ਨਾਮ ਰੱਖਿਆ ਗਿਆ ਇਸ ਤੋਂ ਇਲਾਵਾ ਇੱਕ ਇੱਥੇ ਇੰਟਰਨੈਸ਼ਨਲ ਉਦਯੋਗ ਹੈ ਜਿਹੜਾ ਨੈਸਲੇ ਦਾ ਨੈਸਲੇ ਕੈਂਡੀਜ਼ ਤੁਸੀਂ ਖਾਦੀ ਹੋਣੀ ਨੈਸਲੇ ਚਾਕਲੇਟਸ ਖਾਦੀਆਂ ਹੋਣਗੀਆਂ ਉਹਦਾ ਇੰਟਰਨੈਸ਼ਨਲ ਉਦਯੋਗ ਇੰਡਸਟਰੀ ਕਿੱਥੇ ਇੰਟਰਨੈਸ਼ਨਲ ਇੰਡਸਟਰੀ ਕਿੱਥੇ ਹੈ 모ਗੇ ਦੇ ਵਿੱਚ ਹੀ ਹੈ ਦੇ ਸਟੂਡੈਂਟਸ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤਾਂ ਵੀਡੀਓ ਪਲੀਜ਼ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਚੈਨਲ ਨੂੰ ਲਾਈਕ ਜ਼ਰੂਰ ਕਰੋ ਤੇ ਸਬਸਕ੍ਰਾਈਬ ਵੀ ਕਰੋ ਤਾਂ ਕਿ ਲਾਈਕ ਕਰਨ ਆਇਆ ਹੋਏਗਾ ਕਿ ਮੈਨੂੰ ਵੀ ਇਨਸਪੀਰੇਸ਼ਨ ਮਿਲਦੀ ਹੈ ਕਿ ਤੁਹਾਨੂੰ ਵੀਡੀਓ ਅੱਛੀਆਂ ਲੱਗਦੀਆਂ ਨੇ ਠੀਕ ਹੈ ਨੈਕਸਟ ਅਸੀਂ ਸਾਡੀ ਵੀਡੀਓ ਰਹੇਗੀ ਪਟਿਆਲਾ ਡਿਵੀਜ਼ਨ ਬਾਰੇ ਉਹਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਹਨ ਉਹਨਾਂ ਬਾਰੇ ਕੀ ਕੀ ਇੰਪੋਰਟੈਂਟ ਚੀਜ਼ਾਂ ਨੇ ਉਹਨਾਂ ਬਾਰੇ ਅਸੀਂ ਡਿਟੇਲਸ ਕਰਾਂਗੇ ਠੀਕ ਹੈ ਮਿਲਦੇ ਆ ਨੈਕਸਟ ਵੀਡੀਓ ਤੇ ਬਾਏ